very very undesirable british weather is upon us today assalam walikum welcome back to my channel amuzafa teja how are you aaj 21 january 2022 hai jume ka din hai اور ਮੇਰਾ ਨਵੀਂ ਜੌਬ ਦੇ ਉੱਤੇ ਪਹਿਲੇ ਵੀਕ ਦਾ ਆਖਰੀ ਦਿਨ ਬੜਾ ਬਿਜ਼ੀ ਵੀਕ ਗੁਜ਼ਰਿਆ ਇਸੇ وجہ ਤੋਂ ਸ਼ਾਇਦ ਮੈਂ ਪੂਰਾ ਵੀਕ ਵੀਡੀਓ ਨਹੀਂ ਬਣਾ ਸਕਿਆ ਔਰ ਇੱਕ ਹੋਰ ਨਿਊਜ਼ ਸੀ ਜਿਹੜਾ ਤੁਹਾਡਾ ਨਾਲ ਸ਼ੇਅਰ ਕਰਨੀ ਸੀ ਕਿ ਇਸ ਵੀਕ ਜਿਹੜਾ ਪਹਿਲਾ ਦਿਨ ਸੀਗਾ ਮੰਡੇ ਉਦੋਂ ਇੱਕ ਮੈਨੂੰ ਬਹੁਤ ਵੱਡੀ ਖੁਸ਼ੀ ਵਾਲੀ ਖਬਰ ਮਿਲੀ ਸੀਗੀ ਲੇਕਿਨ ਕੁਛ ਮੈਂ ਓਵਰ ਐਕਸਾਈਟਡ ਹੋ ਗਿਆ ਕੁਛ ਨਵੀਂ ਜੌਬ ਸੀਗੀ ਉਹਨਾਂ ਦਾ ਪ੍ਰੈਸ਼ਰ ਐਂਡ ఎవਰੀਥਿੰਗ ਮੈਂ ਕੋਈ ਵੀਡੀਓ ਨਹੀਂ ਬਣਾ ਸਕਿਆ ਲੇਕਿਨ ਮੇਰੇ ਮਾਈਂਡ ਸੀਗਾ ਕਿ ਮੈਂ ਜਨਾਬ ਵੀਡੀਓ ਬਣਾਉਣੀ ਆਂ ਔਰ ਤੁਹਾਨੂੰ ਸ਼ੇਅਰ ਕਰਨੀ ਆ ਹੋ ਸਕਦਾ ਹੈ ਮੇਰੀ ਸਟੋਰੀ ਤੋਂ ਤੁਹਾਨੂੰ ਕੋ ਮੋਟੀਵੇਸ਼ਨ ਕੋ ਇਨਸਪੀਰੇਸ਼ਨ ਮਿਲੇ ਔਰ ਕਿਸੇ ਦਾ ਕੋ ਫਾਇਦਾ ਹੋ ਸਕੇ ਐਂਡ ਔਨ ਟਾਪ ਆਫ ਥੈਟ ਇਟਸ ਅ 빅 ਅਚੀਵਮੈਂਟ ਫਾਰ ਮੀ ਤੇ ਮੈਂ ਚਾਹੁੰਦਾ ਸੀਗਾ ਕਿ ਮੈਂ ਜਨਾਬ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ ਔਰ ਆਪਣੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂ ਸੋ ਦੈਟਸ ਵਾਟ ਵੀ ਗੈਣਾ ਡੂ ਟੂਡੇ ਜੁਮੇਦਾ ਦੇਣਾ ਜੁਮਾ ਪੜਨ ਵੀ ਜਾਵਾਂਗੇ ਕੰਮ ਕਰਨਾ ਹੈ ਆਬਵੀਅਸਲੀ ਤੋ ਕੰਮ ਕਰ ਰਹੇ ਹੁੰਦੇ ਹੋ ਤਾਂ ਬਿਜੀ ਹੁੰਦਾ ਬੰਦਾ ਨਹੀਂ ਗੱਲਾਂ ਕਰ ਸਕਦਾ ਲੇਕਿਨ ਤੁਹਾਡੇ ਨਾਲ ਨਿਊਜ਼ ਵੀ ਸਾਂਝੀ ਕਰਾਂਗੇ ਔਰ ਤੁਹਾਨੂੰ ਉਹ ਸਟੋਰੀ ਵੀ ਸੁਣਾਵਾਂਗਾ ਉਹ ਜਰਨੀ ਜਿਹੜਾ ਮੈਨੂੰ ਕਰਨਾ ਪਿਆ ਇਸ ਪੁਆਇੰਟ ਤੱਕ ਪਹੁੰਚਣ ਵਾਸਤੇ ਜਿਸ ਪੁਆਇੰਟ ਤੇ ਮੈਂ ਇਸ ਮੰਡੇ ਪਹੁੰਚਿਆ ਸੋ ਇੰਤਜ਼ਾਰ ਕਿਹੜੀ ਗੱਲ ਦਾ ਹੈ ਲੈਟਸ ਗੈਟ ਗੋਇੰਗ ਅੱਛਰਟ ਮੈਨੂੰ ਨਾ ਮੇਰੇ ਇੱਕ ਦੋਸਤ ਨੇ ਗਿਫਟ ਕੀਤੀ ਸੀ ਕਿ ਵਰਲਡ ਕੱਪ ਦੇ ਦੌਰਾਨ ਤੇ ਮੈਂ ਪਾਈ ਕਦੇ ਨਹੀਂ ਹੈਗੀ ਮੈਂ ਸੋਚਿਆ ਚਲੋ ਅੱਜ ਵੱਡੀ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਤੇ ਪਾਕਿਸਤਾਨ ਜ਼ਿੰਦਾਬਾਦ ਵਾਲੀ ਸ਼ਰਟ ਵੀ ਪਾ ਲੈਣੀ ਆ ਲਓ ਜੀ ਲੰਚ ਦਾ ਟਾਈਮ ਹੋ ਗਿਆ तकरीबन 11:00 ਵੱਜ ਚੱਲੇ ਨੇ ਜ਼ੁਮੇ ਦਾ ਦੇਨ ਆ ਤੇ ਮੈਂ ਜ਼ੁਮਾ ਪੜਨ ਜਾਣਾ ਆ 1 ਵਜੇ ਜਮਾਤ ਹੋਣੀ ਆ ਤੇ ਲਿਹਾਜ਼ਾ ਲੰਚ ਥੋੜਾ ਜਿਆ ਐਰਲੀ ਕਰ ਲੈਣੇ ਆ ਕੱਲ ਦਾ ਮੇਰਾ ਪ੍ਰੋਗਰਾਮ ਬਣ ਰਿਹਾ ਜਿਵੇਂ ਕਿ ਪੋਟੇਟੋ ਖਾਣ ਦਾ ਤੇ ਲੇਕਿਨ ਨਾ ਮੈਂ ਅਰੇਂਜਮੈਂਟ ਸ਼ੁਰੂ ਕੀਤੀ ਸੀਗੇ ਬਟ ਗੱਲ ਤੋੜ ਨਹੀਂ ਪਹੁੰਚਾ ਸਕਿਆ ਤੇ ਅੱਜ ਪਹੁੰਚਾਉਨੇ ਆ ਪੋਟੈਟੋ ਲਓ ਪੋਟੈਟੋ ਪੋਟੈਟੋ ਪਟਾਟੋ ਤੇ ਇਹਨੂੰ ਜਨਾਬ ਸਿੱਟੋ microwaves ਫਾਰ ਅਰਾਊਂਡ 9 ਮਿੰਟ ਵਾਸਤੇ ਵੱਡਾ ਆਲੂ ਆ ਤੇ 9 ਮਿੰਟ ਦੇ ਵਿੱਚ ਇਹ ਪੱਕ ਜਾਏਗਾ ਫਿਰ ਇਹਦੇ ਉੱਤੇ ਬੀਨ ਸਿੱਟਾਂਗੇ ਚੀਜ਼ ਸਿੱਟਾਂਗੇ ਉਡ ਆਪਣਾ ਲੰਚ ਇੰਜੋਏ ਕਰਾਂਗੇ ਮੈਂ ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰਟ ਪਾਈ ਹੈ ਤੇ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਕਿ ਮੇਰੇ ਖਿਆਲ ਕੱਲ ਹੀ ਮੈਂ ਖਬਰ ਸੁਣੀ ਹੈ ਕਿ ਪਾਕਿਸਤਾਨ ਦੇ ਨਾ ਤਿੰਨ ਖਿਡਾਰੀ ਜਿਹੜੀ ਕੋਈ ਇੰਟਰਨੈਸ਼ਨਲ ਵਰਲਡ 11 ਬਣਦੀ ਹੁੰਦੀ ਹੈ ਉਹਦੇ ਵਿੱਚ ਤਿੰਨ ਖਿਡਾਰੀ ਸ਼ਾਮਿਲ ਕੀਤੇ ਗਏ ਨੇ ਔਰ ਉਸ ਟੀਮ ਦਾ ਕੈਪਟਨ ਜਿਹੜਾ ਹੈ ਉਹ ਪਾਕਿਸਤਾਨੀ ਕੈਪਟਨ ਆ ਇਹ ਪਾਕਿਸਤਾਨੀ ਕ੍ਰਿਕਟ ਵਾਸਤੇ ਪਾਕਿਸਤਾਨ ਵਾਸਤੇ ਬਹੁਤ ਅਜ਼ਾਜ਼ ਦੀ ਗੱਲ ਹੈ ਕਿਉਂਕਿ ਪਾਕਿਸਤਾਨੀ ਕ੍ਰਿਕਟ ਨਾ ਸਪੈਸ਼ਲੀ ਤੇ ਬੇਟੀ ਮੱਚ ਸਾਰੀਆਂ ਸਪੋਰਟਸ ਹੀ ਇਨ ਜਨਰਲ ਉਹ ਬੜੀਆਂ ਡਿਪਰਾਈਵਡ ਨੇ ਬੜੇ ਮਤਲਬ ਮਸਾਇਲ ਦਾ ਸ਼ਿਕਾਰ ਨੇ ਕੋ ਨੁਮਾਇੰਦਗੀ ਨਹੀਂ ਮਿਲਦੀ ਕਿਸੇ ਕਿਸਮ ਦੀ ਤੇ ਉਹ ਜਿਹੜੇ ਖਿਡਾਰੀ ਹੁੰਦੇ ਆ ਉਹ ਬੜੇ ਮਤਲਬ ਡਿਸਪਾਇੰਟਡ ਤੇ ਸਾਰਟਡ ਹੁੰਦੇ ਆ ਤੇ ਕ੍ਰਿਕਟ ਨੂੰ ਇਹ ਅਚੀਵਮੈਂਟ ਮਿਲਣਾ ਕ੍ਰਿਕਟ ਨੂੰ ਚਲੋ ਠੀਕ ਹੈ ਪਹਿਲਾਂ ਵੀ ਬੜੀ ਅਪਰੀਸ਼ੀਏਸ਼ਨ ਮਿਲਦੀ ਆ ਜ਼ਰੂਰਤ ਤੋਂ ਜ਼ਿਆਦਾ ਵੀ ਕਹਿ ਲਉ ਤੁਸੀਂ ਜਾਂ ਤੁਸੀਂ ਕਹਿ ਲੋ ਕਿ ਦੂਸਰੇ ਸਪੋਰਟਸ ਨੇ ਜਿਹੜੀ ਉਹਨਾਂ ਨੂੰ ਹੀ ਨਾਭ ਥੱਲੇ ਸਿੱਟ ਕੇ ਤੇ ਕ੍ਰਿਕਟ ਨੂੰ ਪ੍ਰਮੋਟ ਕੀਤਾ ਜਾਂਦਾ ਬਟ ਸਟਿਲ ਕੀਤਾ ਜਾਂਦਾ ਤੇ ਉਹਨਾਂ ਨੇ ਹੁਣ ਟੀਮ ਨੇ ਜੋ ਕੁਛ ਉਹਨਾਂ ਵਾਸਤੇ ਐਫਰਟਸ ਕੀਤੀਆਂ ਇਹਨਾਂ ਉਹਨਾਂ ਨੂੰ ਅ ਪ੍ਰੂਵ ਕੀਤਾ ਆ ਵਰਲਡ ਕੱਪ ਦੇ ਵਿੱਚ ਉਹਨਾਂ ਦੀ ਬੜੀ ਅੱਛੀ ਪਰਫਾਰਮੈਂਸ ਸੀ 2020 ਦੇ ਵਿੱਚ ਐਂਡ ਨਾਓ 10 ਖਿਡਾਰੀ ਜਿਹੜੇ ਨੇ ਉਹ ਹੋ ਸਿਲੈਕਟ ਹੋਏ ਨੇ ਵਰਲਡ 11 ਵਾਸਤੇ ਬਿਗ ਚੀਜ਼ ਹੈ ਨਾ ਹੀਂਗ ਲੱਗਾ ਨਾ ਫਟਕੜੀ الحمدللہ ਤਿਆਰ ਹੋ ਗਿਆ ਹੁਣ ਬਹਿ ਕੇ ਇਹਨੂੰ ਨਾਲ ਨਾਲ ਖਾਣੇ ਆ ਤੇ ਨਾਲ ਨਾਲ ਮੜ ਮੋਟਾ ਕੰਮ ਵੀ ਕਰਦੇ ਆ ਇਹ ਮੈਂ ਨਾ ਜੈਕਪ ਪਟੇਟੋ ਬਿਲਕੁਲ ਨਹੀਂ ਪਸੰਦ ਨਹੀਂ ਸੀ ਕਰਦਾ ਦੁਨੀਆ ਖਾਂਦੀ ਸੀ ਮੈਂ ਕਹਿੰਦਾ ਸੀ ਯਾਰ ਇਹ ਕੀ ਖਾਈ ਜਾਂਦੇ ਨੇ ਕੀ ਇਹਦਾ ਟੇਸਟ ਹੋਣਾ ਇੱਕ ਵਾਰੀ ਖਾਧਾ ਆ ਤੇ ਬਸ ਫਿਰ ਉਹ ਦਿਨ ਹੈ ਉਹ ਰਾਜ ਕਦੇ ਨਾ ਦਾ ਰੈਸਟ ਇਜ਼ ਹਿਸਟਰੀ ਦੰਗੋਲੇ ਕਹਿੰਦੇ ਹੁੰਦੇ ਮਜ਼ੇਦਾਰ ਬਣਦਾ ਕਿ ਉਸਨਾ ਜ਼ੁਮੇ ਦਾ ਬੜਾ ਮਸਲਾ ਹੁੰਦਾ ਆ ਕਿਉਂਕਿ ਤੁਹਾਡਾ EMPLOER ਜਿਹੜਾ ਹੈ ਜ਼ਾਹਰ ਹੈ ਮੁਸਲਮਾਨ ਲੋਕ ਤਾਂ ਹੈਗਾ ਨਹੀਂ ਇਹ ਤੇ ਇੱਥੇ ਕੋਈ ਪ੍ਰੋਪਰ ਜ਼ੁਮੇ ਦੀ ਬ੍ਰੇਕ ਨਹੀਂ ਹੁੰਦੀ ਹੈਗੀ ਅਗਰ ਤੁਹਾਨੂੰ ਕੋਈ ਐਸਾ EMPLOER ਮਿਲ ਜਵੇ ਜਿਹੜਾ ਤੁਹਾਨੂੰ ਫੈਸਿਲਿਟੀ ਦਿੰਦਾ ਹੋਵੇ ਤੇ ਬੜੀ ਨਾਬ ਰਹਿਮਤ ਵਾਲੀ ਗੱਲ ਹੁੰਦੀ ਹੈ ਤੇ ਹੁਣ ਜਿਹੜਾ ਕਰੋਨਾ ਆਇਆ ਹੈ ਕਰੋਨਾ ਨੇ ਇਹ ਤਾਂ ਕਮਸ ਕਮ ਸਾਨੂੰ ਬੈਨੀਫਿਟ ਦਿੱਤਾ ਹੈ ਕਿ ਜਿਹੜੇ ਲੋਕ ਘਰੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਖੁੱਲੀ ਛੁੱਟੀ ਹੈ ਕਿ ਜਦੋਂ ਜ਼ੁਮੇ ਦਾ ਟਾਈਮ ਆਵੇ ਉਹ ਆਪਣੀ ਲੰਚ ਬ੍ਰੇਕ ਦੇ ਤੌਰ ਤੇ ਮੋਪਣ ਜਾ ਸਕਦੇ ਨੇ

ਪੜ੍ਹ ਹੋ ਗਿਆ ਬੜੀ ਰਹਿਮਤ ਹੁੰਦੀ ਹੈ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਇਹੋ ਜਿਹੇ ਮੁਲਕ ਦੇ ਵਿੱਚ ਮੁਲਾਜ਼ਮਤ ਕਰਦੇ ਹੋਏ ਤੁਹਾਨੂੰ ਜੁਮਾ ਪੜ੍ਹਨ ਤੋਂ ਤਸੀਕ ਹੋ ਜਵੇ ਮੌਕਾ ਮਿਲ ਜਵੇ ਟਾਈਮ ਮਿਲ ਜਵੇ ਬੜੀ ਗੱਲ ਹੈ ਲੋ ਜੀ ਸਾਰਾ ਦਿਨ ਗੁਜ਼ਰ ਗਿਆ ਜੁਮਾ ਪੜ੍ਹ ਕੇ ਆਇਆ ਤੇ ਕੰਮ ਚ ਲੱਗ ਗਿਆ ਫਿਰ ਧਿਆਨ ਹੀ ਨਹੀਂ ਰਿਹਾ ਕਿ ਮੈਂ ਆਪਣੀ ਗੱਲ ਕੰਪਲੀਟ ਕਰਨੀ ਸੀ ਸੋ 莱ਟਸ ਗੈਟ ਟੂ ਦਾ ਗੁੱਡ ਨਿਊਜ਼ ਸੋ ਗੁੱਡ ਨਿਊਜ਼ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹ ਰਿਹਾ ਜੀ ਉਹ ਇਹ ਹੈ ਅਸ ਮੰਡੇ ਨਾ ਮੈਨੂੰ ਰਿਜ਼ਲਟ ਮਿਲੇ ਆਪਣੇ ਐਗਜ਼ਾਮਸ ਦਾ ਤੁਸੀਂ ਅਗਰ ਮੇਰੇ ਕੁਝ ਪਿਛਲੇ ਵੀਡੀਓਜ਼ ਦੇਖੇ ਨੇ ਮੈਂ ਬਾਰਹਾਜ ਕਰ ਕੀਤਾ ਕਿ ਮੈਂ ਅਕਾਊਂਟੈਂਟ ਬਣਨ ਵਾਸਤੇ ਨਾ ਪੜ੍ਹਾਈ ਕਰ ਰਿਹਾ ਹਾਂ ਕਾਫੀ ਅਰਸੇ ਤੋਂ ਹੀ ਕਰ ਰਿਆ ਸੀਗਾ ਤੇ ਦੋ ਤਿੰਨ ਸਬਜੈਕਟ ਸੀਗੇ ਜਿਹੜੇ ਫਸੇ ਹੋਏ ਸੀਗੇ ਤੇ ਉਹ ਇੱਕ ਇੱਕ ਕਰਕੇ ਕੱਢੇ ਨੇ ਤੇ ਫਾਈਨਲੀ ਹੁਣ ਜਿਹੜਾ ਮੇਰਾ ਫਾਈਨਲ ਸਬਜੈਕਟ ਸੀਗਾ ਉਹ ਨਾ ਦਸੰਬਰ ਦੇ ਵਿੱਚ ਮੈਂ ਐਗਜ਼ਾਮ ਦਿੱਤਾ ਸੀਗਾ ਤੇ ਉਹਦਾ ਰਿਜ਼ਲਟ ਆਇਆ ਸੀ 17 ਜਨਵਰੀ ਨੂੰ ਮੰਡੇ ਵਾਲੇ ਦਿਨ ਤੋ ਅਲhamdulillah ਪਾਸ ਹੋ ਗਿਆ ਮੈਂ ACCA ਕਰ ਰਿਹਾ ਸੀਗਾ ਜਿਹੜੇ ਲੋਗ ਅਕਾਊਂਟਿੰਗ ਵਗੈਰਾ ਦੀ ਨੋਹਾਊ ਰੱਖਦੇ ਆ ਉਹਨਾਂ ਨੂੰ ਪਤਾ ਹੈ ਕਿ ACCA ਕੀ ਆ ਅਲhamdulillah ਹੁਣ ਕੰਪਲੀਟ ਹੋ ਗਿਆ ਹੁਣ ਗੱਲ ਥੋੜੀ ਜੀ ਅਗਰ ਮੈਂ ਤੁਹਾਨੂੰ ਪੂਰੀ ਡਿਊਰੇਸ਼ਨ ਦੱਸਾਂਗਾ ਕਿ ਕਿੰਨਾ ਮੈਨੂੰ ਟਾਈਮ ਲੱਗਿਆ ACCA ਕੰਪਲੀਟ ਕਰਨ ਵਾਸਤੇ ਉਹ ਤਾਂ ਬੜਾ ਐਮਬੈਰੈਸਿੰਗ ਆ ਲੇਕਿਨ ਗੱਲ ਇਹ ਹੈ ਕਿ ਮੈਨੂੰ ਟਾਈਮ ਜਿੰਨਾ ਵੀ ਲੱਗਿਆ ਮੈਂ ਫਾਈਨਲੀ ਅਲਹਮਦੁਲਿਲਾ ਕਰ ਲਿਆ ਆਈ ਡਿਡ ਨਾਟ ਗਿਵ ਅਪ ਤੁਸੀਂ ਯਕੀਨ ਕਰੋ ACCA ਅਗਰ ਤੁਸੀਂ ਦੇਖੋ ਨਾ ਐਜ਼ ਅ ਕੋਰਸ ਵਾਈਸ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਉਦੋਂ ਸਾਲ ਦੇ ਵਿੱਚ ਨਾ ਦੋ ਐਗਜ਼ਾਮ ਲੈਂਦੇ ਸੀਗੇ ਔਰ ਇੱਕ ਐਗਜ਼ਾਮ ਦੇ ਵਿੱਚ ਨਾ ਇੱਕ ਸਟੂਡੈਂਟ ਮੈਕਸਿਮ ਚਾਰ ਸਬਜੈਕਟ ਲੈ ਸਕਦਾ ਸੀਗਾ ਮਤਲਬ ਚਾਰ ਸਬਜੈਕਟਸ ਦਾ ਨਾ ਐਗਜ਼ਾਮ ਦੇ ਸਕਦਾ ਸੀਗਾ ਚਾਰ ਤੋਂ ਜ਼ਿਆਦਾ ਨਹੀਂ ਦੇ ਸਕਦਾ ਤੇ ਟੋਟਲ ਨਾ 14 ਸਬਜੈਕਟਸ ਹੁੰਦੇ ਸੀਗੇ ਉਸ ਜ਼ਮਾਨੇ ਦੇ ਵਿੱਚ ਸੋ ਅਗਰ ਇੱਕ ਸਟੂਡੈਂਟ ਤਿੰਨ ਜਾਂ ਚਾਰ-ਚਾਰ ਸਬਜੈਕਟ ਵੀ ਲਵੇ ਨਾ ਤੇ 2 ਤੋਂ 2.5 ਸਾਲ ਦਾ ਕੋਰਸ ਸੀਗਾ ਉਸ ਜ਼ਮਾਨੇ 'ਚ ਅਗਰ 6-6 ਮਹੀਨੇ ਦੇ ਇੰਟਰਮ ਦੇ ਨਾਲ ਐਗਜ਼ਾਮ ਹੋ ਰਿਹਾ ਔਰ ਇੱਕ ਸਟੂਡੈਂਟ ਚਾਰ ਸਬਜੈਕਟ ਲੈਂਦਾ ਹੈ ਤੇ ਇੱਕ ਸਾਲ ਦੇ ਵਿੱਚ ਉਹਨੇ 8 ਕਰ ਲਏ ਤੇ ਦੂਸਰੇ ਸਾਲ ਦੇ ਵਿੱਚ ਆ ਮਤਲਬ ਉਹ ਆਪਣੇ 14 ਸਬਜੈਕਟ ਕੰਪਲੀਟ ਕਰ ਸਕਦਾ ਆ ਅਗਰ ਸਤਿੰਨ-ਤਿੰਨ ਕਰਾਂ ਤਾਂ ਫਿਰ ਵੀ ਤੁਹਾਡੇ 2.5 ਜਾਂ 3 ਸਾਲ ਲੱਗਦੇ ਸੀਗੇ ਲੇਕਿਨ ਅਨਫੋਰਚਨਟਲੀ ਮੈਨੂੰ ਬਹੁਤ ਟਾਈਮ ਲੱਗਿਆ ਤੇ ਕੋਸ਼ਿਸ਼ਾਂ ਬਾਅਦ ACCA ਨੇ ਨਾ ਚੇਂਜ ਕਰਤਾ ਸੀਗਾ ਪ੍ਰੋਸੀਜਰ ਉਹਨਾਂ ਨੇ ਫਿਰ 1 ਸਾਲ ਦੇ ਵਿੱਚ ਨਾ 4-4 ਅਟੈਂਪਟ ਲੈਣੀਆਂ ਸ਼ੁਰੂ ਕਰਤੀਆਂ ਫਿਰ ਐਦਾਂ ਵੀ ਹੋਇਆ ਕਿ ਐਸੇ-ਐਸੇ ਬ੍ਰਿਲਿਅੰਟ ਬੱਚੇ ਆਏ ਨੇ ਜਿਨ੍ਹਾਂ ਨੇ ਜਨਾਬ 2-2 ਸਾਲਾਂ ਦੇ ਵਿੱਚ ਇਵਨ ਲੈਸ ਦੈਨ 2 ਇਅਰਸ ਦੇ ਵਿੱਚ ਵੀ ACCA ਕੰਪਲੀਟ ਕੀਤਾ ਬਟ ਨਾ ਹਰ ਬੰਦੇ ਦੇ ਸਰਕਮਸਟੈਂਸਸਸ ਜ਼ੋਰ ਉਹਦੀ ਕੈਪੇਬਿਲਿਟੀਆਂ ਡਿਫਰੈਂਟ ਹੁੰਦੀ ਸ਼ਾਇਦ ਕੋਈ ਐਸੀ ਗਾਲੀ ਹੋਈ ਹੈ ਜੋ ਜੋ ਵੀ ਮਸਲਾ ਸੀਗਾ ਬਹਾਰਾਲ ਮੈਨੂੰ ਟਾਈਮ ਬਹੁਤ ਲੱਗਾ ਲੇਕਿਨ ਅਲhamdulillah did not give up and finally i passed it ਹੁਣ ਤੁਸੀਂ ਇਹ ਦੇਖੋ ਕਿ ਜਦੋਂ ਮੈਂ ਕਰ ਰਿਹਾ ਸੀਗਾ ਨਾ ਮੈਂ ਆਪਣੇ ਦੋਸਤਾਂ ਦੇ ਨਾਲ ਸ਼ੁਰੂ ਕੀਤਾ ਉਹਨਾਂ ਦਾ ਰਿਜ਼ਲਟ ਆਉਂਦਾ ਸੀਗਾ ਤੇ ਮੇਰੇ ਦੋਸਤ ਹਰ ਐਗਜ਼ਾਮ ਦੇ ਵਿੱਚ ਪਾਸ ਹੋ ਰਹੇ ਨੇ ਤੇ ਮੈਂ ਹਰ ਐਗਜ਼ਾਮ ਦੇ ਵਿੱਚ ਫੇਲ ਹੋ ਰਿਹਾ ਬੜਾ ਨਾ ਮਤਲਬ ਡਾਊਨ ਫੀਲ ਕਰੀਦਾ ਸੀਗਾ ਬੜਾ ਦੁੱਖ ਹੁੰਦਾ ਸੀਗਾ ਮੈਨੂੰ ਯਾਦ ਆ ਇੱਕ ਦਫਾ ਆਈ ਡੋਨਟ ਨੋ ਲੈਟਸ ਨਾਟ ਗੋ ਇਨਟੂ ਵਾਟ ਈਅਰ ਵਾਸ ਇਟ ਮੈਂ ਮਤਲਬ ਸਵੇਰ ਉੱਠ ਕੇ ਐਗਜ਼ਾਮ ਦਾ ਰਿਜ਼ਲਟ ਦੇਖਿਆ ਤੇ ਨਾ ਦੋ ਮੈਂ ਸਬਜੈਕਟ ਦਿੱਤੇ ਸੀ ਕਿ ਮੈਂ ਦੋਨੋਂ ਦੇ ਵਿੱਚ ਫੇਲ ਹੋਇਆ ਤੇ ਯਕੀਨ ਕਰੋ ਮੈਂ ਨਾ ਏਦਾਂ ਸਿਰ ਤੇ ਹੱਥ ਰੱਖ ਕੇ ਸੋਚਣ ਲੱਗ ਪਿਆ ਕਿ ਯਾਰ ਮੇਰੀ ਜ਼ਿੰਦਗੀ ਤਬਾਹ ਹੋ ਗਈ ਬਸ ਮੇਰੇ ਪੱਲੇ ਕੱਖ ਨਹੀਂ ਰਿਹਾ ਉਸ ਤੋਂ ਜਦੋਂ ਰਿਜ਼ਲਟ ਦੇਖੀ ਤੇ ਸੀਗਾ ਰਿਜ਼ਲਟ ਤੋਂ ਬਾਅਦ ਦੋਸਤਾਂ ਤੇ ਫੋਨ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ ਸੀਗਾ ਤੇ ਉਹ ਸਾਰੇ ਪਾਸ ਹੋ ਗਏ ਹੁੰਦੇ ਸੀਗੇ ਤੇ ਮੈਂ ਫੇਲ ਹੁੰਦਾ ਸੀ ਬੜਾ ਦੁੱਖ ਹੁੰਦਾ ਸੀਗਾ ਫਿਰ ਮਤਲਬ ਨਾ ਮੰਥ ਬਾਈ ਮੰਥ ਈਅਰ ਬਾਈ ਈਅਰ ਇਦਾਂ ਹੋਇਆ ਕਿ ਮੇਰੇ ਸਾਰੇ ਦੋਸਤ ਜਿਨ੍ਹਾਂ ਨੇ ਮੇਰੇ ਨਾਲ ਸ਼ੁਰੂ ਕੀਤੀ ਸੀਗੇ ਐਗਜ਼ਾਮ ਐਸਸੀਆ ਸ਼ੁਰੂ ਕੀਤਾ ਸੀ ਦੇ ਪਾਸਡ ਆਊਟ ਐਵਰੀ ਸਿੰਗਲ ਵਨ ਆਫ ਥੈਮ ਫਿਰ ਨਬਸ ਇੱਕ ਮੇਰਾ ਦੋਸਤ ਸੀਗਾ ਜਿਹੜਾ ਰਹਿ ਗਿਆ ਸੀਗਾ ਉਹ ਵੀ ਵਿਚਾਰਾ ਮੇਰੇ ਵਾਂਗੋਂ ਨਾ ਬੜਾ ਉਹਨੇ ਸਟ੍ਰਗਲ ਕੀਤੀ ਆ ਤੇ ਮੈਨਾਂ ਚਲੋ ਇੱਕ ਹੌਸਲਾ ਹੁੰਦਾ ਸੀਗਾ ਕਿ ਚੱਲ ਯਾਰ ਜੇ ਮੈਂ ਸਟ੍ਰਗਲ ਕਰ ਰਿਹਾ ਨਾ ਤੇ ਮੈਂ ਇਕੱਲਾ ਨਹੀਂ ਹੈਗਾ ਇੱਕ ਮੇਰੇ ਨਾਲ ਹੋਰ ਵੀ ਹੈਗਾ ਤੇ ਫਾਈਨਲੀ ਨਾ ਤਕਰੀਬਨ 1.5 ਸਾਲ ਪਹਿਲੇ ਜਾਂ ਸਾਲ ਇੱਕ ਪਹਿਲੇ ਉਹ ਵੀ ਪਾਸ ਆਊਟ ਕਰ ਗਿਆ ਸੀਗਾ ਤੇ तकरीबन ਪਿਛਲੇ 6 ਜਾਂ 9 ਮਹੀਨਿਆਂ ਤੋਂ ਨਾ ਮੈਂ ਇਕੱਲਾ ਸੀਗਾ ਤੇ ਆਪਣੇ ਫਾਈਨਲ ਐਗਜ਼ਾਮ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਮੈਂ اتنا ਡਾਊਨ ਫੀਲ ਕਰਦਾ ਸੀ ਨਾ ਮੈਂ اتنا ਅਫਸੁਰਦਾ ਫੀਲ ਕਰਦਾ ਸੀ ਕਿ ਯਾਰ ਜਿਨ੍ਹਾਂ ਦੇ ਨਾਲ ਮੈਂ ਸ਼ੁਰੂ ਕੀਤਾ ਸੀਗਾ ਉਹ ਪਾਸ ਆਊਟ ਕਰਕੇ ਉਹਨਾਂ ਨੂੰ ਮੈਨਿਆਂ ਨੇ ਸਾਲ ਹੋ ਗਏ ਨੇ ਤੇ ਜਿਹੜਾ ਇੱਕ ਬੰਦਾ ਮੇਰਾ ਸਾਥੀ ਸੀਗਾ ਆਖਰੀ ਦਿਨ ਦਾ ਉਹ ਵੀ ਹੁਣ ਪਾਸ ਆਊਟ ਕਰ ਗਿਆ ਮੈਂ ਲਿਟਰਲੀ ਆਪਣੇ ਹਲਕਾ ਜਿਹਾ ਬਾਬ ਦੇ ਵਿੱਚ ਇਕੱਲਾ ਰਹਿ ਗਿਆ ਸੀਗਾ ਤੇ ਬੜਾ ਦੁੱਖ ਹੁੰਦਾ ਸੀ ਜਦੋਂ ਮਤਲਬ ਫੇਲ ਹੁੰਦੇ ਸੀ ਕਿ ਇਹ ਦੂਸਰੇ ਲੋਕ ਪਾਸ ਹੋ ਗਏ ਮੈਂ ਫੇਲ ਹੋ ਗਿਆ ਸੀ ਉਹ ਤੁਹਾਨੂੰ ਯਾਦ ਹੋਣਾ ਅ ਉਹ 3 ਇਡੀਅਟਸ ਦੇ ਵਿੱਚ ਆਮਰ ਖਾਨ ਦੀ ਫਿਲਮ ਹੈ ਨਾ ਉਹਦੇ ਚ ਉਹ ਕਹਿੰਦਾ ਕਿ ਯਾਰ ਹਮਨੇ ਇਨਸਾਨੀ ਵੀ ਇਨਸਾਨ ਕੇ ਬਿਹੇਵੀਅਰ ਕੇ ਮੁਤਲਕ ਇੱਕ ਬਾਤ ਸਿੱਖੀ ਕਿ ਅਗਰ ਦੋਸਤ ਫੇਲ ਹੋ ਜਾਏ ਤਾਂ ਦੁੱਖ ਹੁੰਦਾ ਹੈ ਅਗਰ ਦੋਸਤ ਫਸਟ ਆ ਜਾਏ ਤਾਂ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਹ ਮੇਰਾ ਹਾਲ ਹੁੰਦਾ ਸੀ ਮੈਨੂੰ ਬੜਾ ਦੁੱਖ ਹੁੰਦਾ ਸੀ ਜ਼ਾਹਿਰ ਹੈ ਫਿਰ ਨਾ ਸੋਚ ਆਉਂਦੀ ਸੀ ਕਿ ਦਿਲ ਦੇ ਵਿੱਚ ਯਾਰ ਕਿ ਕੀ ਵਜ੍ਹਾ ਹੈ ਯਾਰ ਕੀ ਕਿਹੜਾ ਮਸਲਾ ਆ ਕਿ ਜਿਹਦੀ ਵੇਸ ਨੂੰ ਪਾਸ ਨਹੀਂ ਕਰ پا ਰਿਹਾ ਤੇ ਮਤਲਬ ਲੈਟ ਮੀ ਯੂ نو ਸੇ ਇਟ ਬਲੰਟਲੀ ਪਹਿਲਾ ਜਿਹੜਾ ਨੁਕਸ ਹੈ ਨਾ ਮੇਰਾ ਇਨਾ ਟਾਈਮ ਲੌਂਚ ਜਾਂ ਮੇਰੇ ਬਾਰ ਬਾਰ ਫੇਲ ਹੋਣ ਦੇ ਬਜਾਏ ਇਸ ਦੇ ਕਿ ਮੈਂ ਇਨਾ ਫਿੰਗਰਸ ਪੁਆਇੰਟ ਆਊਟ ਕਰਨੇ ਸ਼ੁਰੂ ਕਰਾਂ ਦੂਸਰੇ ਫੈਕਟਰਸ ਦੇ ਉੱਤੇ ਮੈਂ ਕਹਾਂਗਾ ਕਿ ਸ਼ਾਇਦ ਜਿੰਨੀ ਐਫਰਟਸ ਔਰ ਹਾਰਡਵਰਕ ਰਿਕੁਆਇਰਡ ਹੈ ਇਸਸੀ ਦੇ ਐਗਜ਼ਾਮ ਨੂੰ ਪਾਸ ਕਰਨ ਵਾਸਤੇ ਸ਼ਾਇਦ ਮੈਂ ਉਹਨਾਂ ਨਹੀਂ ਕੀਤਾ ਲੈਟਸ ਲੈਟਸ ਬੀ ਓਨਸਟ ਦੂਸਰਾ ਇਹ ਹੋ ਸਕਦਾ ਹੈ ਜੀ ਕਿ ਅੱਲਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕਿਉਂਕਿ ਮੇਰੇ ਪਲਾਨ ਤੇ ਮੇਰੇ ਪਲਾਨ ਸੀ ਨਾ ਮੇਰੇ ਹੱਕ ਚ ਕੀ ਬਿਹਤਰ ਸੀਗਾ ਉਹ ਅੱਲਾ ਨੂੰ ਪਤਾ ਸੀਗਾ ਤੇ ਉਹੀ ਹੋ ਰਿਹਾ ਸੀਗਾ ਜੋ ਅੱਲਾ ਤੁ ਮੰਜ਼ੂਰ ਸੀਗਾ ਤੇ ਕਦੇ-ਕਦੇ ਨਾ ਫਿਰ ਇਹ ਸੋਚ ਆਉਂਦੀ ਸੀ ਕਿ ਯਾਰ ਮੈਂ ਐਗਜ਼ਾਮ ਨਹੀਂ ਪਾਸ ਕਰ پا ਰਿਹਾ ਮੈਂ ਆਪਣੇ ਦੂਸਰੇ ਯਾਰਾਂ ਦੋਸਤਾਂ ਤੋਂ ਪਿੱਛੇ ਰਹਿ ਗਿਆ ਥੈਟ ਵਾਜ਼ਨਟ ਦਾ ਕੇਸ ਬਿਕੋਜ਼ ਜਿਹੜੇ ਮੇਰੇ ਯਾਰ ਦੋਸਤ ਸੀਗੇ ਉਹੀ ਕਮਾਈ ਉਹ ਕਰ ਰਹੇ ਸੀਗੇ ਉਹੀ ਕੇ ਅਲਹਮਦੁਲਿਲਾ ਮੈਂ ਕਰ ਰਿਹਾ ਸੀਗਾ ਤੇ ਫੇਰ ਸੋਚਦੇ ਸੀ ਯਾਰ ਕਿ ਕਿਹੜੀ ਮਤਲਬ ਅੱਲਾ ਨੇ ਕੋਈ ਲੈਸਨ ਮੈਨੂੰ ਟੀਚ ਕਰਨਾ ਹੈ ਜਿਹਦੇ ਵੈ ਤੋਂ ਇਨਾ ਮੀਨੀ ਐਫਰਟਸ ਲੱਗ ਰਹੀਆਂ ਨੇ ਕੋਈ ਸਮਝ ਨਹੀਂ ਸੀ ਆਉਂਦੀ ਫਿਰ ਮਤਲਬ ਬਰਹਾਲ ਇਹ ਵੀ ਕੁਝ ਦੇਖਿਆ ਕਿ ਇੱਕ ਮੇਰੇ ਨਜ਼ਰ ਚ ਵਾਕਿਆ ਗੁਜ਼ਰਿਆ ਇੱਕ ਦੂਰ ਪਾਰ ਦਾ ਤੁਸੀਂ ਦੋਸਤ ਹੀ ਕਹਿ ਲਓ ਉਹ ਵਿਚਾਰਾ ਐਸਸੀਏ ਕੁਆਲੀਫਾਈਡ ਸੀਗਾ ਬੜੀ ਅੱਛੀ ਜੌਬ ਤੇ ਸੀਗਾ ਇੱਕ ਬੜੇ ਅੱਛੇ ਮਲਕ ਦੇ ਵਿੱਚ ਉਹ ਵਿਚਾਰੇ ਨੇ ਨਾ ਖੁਦਕੁਸ਼ੀ ਕਰ ਲਈ ਤੇ ਫੇ ਐਵੇਂ ਜੇਹ ਚਾਹੀ ਗੱਲ ਕਿ ਯਾਰ ਮੈਂ ਜਿਹੜੀ ਚੀਜ਼ ਵਾਸਤੇ ਸਟਰਗਲ ਕਰ ਰਿਹਾ ਆ ਮੈਂ ਜਿਹੜਾ ਐਗਜ਼ਾਮ ਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਉਮੀਦ ਤੇ ਕਿ ਮੈਂ ਐਗਜ਼ਾਮ ਪਾਸ ਕਰਾਂਗਾ ਤਾਂ ਮੈਨੂੰ ਕੋ ਵਧੀਆ ਨੌਕਰੀ ਲੱਭ ਜੂਗੀ ਮਤਲਬ ਅਲਹਮਦੁਲਿਲਾ ਹੁਣ ਵੀ ਵਧੀਆ ਆ ਲੇਕਿਨ ਇਸ ਤੋਂ ਵੀ ਵਧੀਆ ਮਿਲ ਜੇਗੀ ਫਿਰ ਦੇਨ ਚ ਆਇਆ ਕਿ ਯਾਰ ਉਹਦੇ ਕੋਲ ਤਾਂ ਸਭ ਕੁਝ ਸੀਗਾ ਨਾ ਉਹਦੇ ਕੋਲ ਡਿਗਰੀ ਵੀ ਸੀਗੀ ਉਹਦੇ ਕੋਲ ਵਧੀਆ ਜੌਬ ਵੀ ਸੀਗੀ ਫਿਰ ਉਹਨੇ ਕਿਉਂ ਨਹੀਂ ਬੇ ਕੰਮ ਕਰ ਲਿਆ ਫਿਰ ਦੇਨ ਚ ਗੱਲ ਆਈ ਕਿ ਯਾਰ ਮਤਲਬ ਦਾ ਇਹ ਹੈ ਕਿ ਇਹ ਚੀਜ਼ ਕੁਝ ਜ਼ਿਆਦਾ ਅਹਿਮੀਅਤ ਨਹੀਂ ਰੱਖਦੀ ਤੁਹਾਡੇ ਕੋਲ ਹੋਵੇ ਜਾਂ ਨਾ ਹੋਵੇ ਡਸਨਟ ਮੇਕ ਐਨੀ ਡਿਫਰੈਂਸ ਤੁਹਾਡ ਮੇਰੇ ਕੋ ਨਹੀਂ ਹੈਗੀ ਤਾਂ ਮੈਂ ਰੋਂਦਾ ਫਿਰਦਾ ਕਿ ਮੇਰੇ ਕੋ ਨਹੀਂ ਹੈਗੀ ਜਿਹਦੇ ਕੋ ਸਿਗੀ ਉਹ ਵਿਚਾਰੇ ਨੇ ਸਭ ਕੁਝ ਪਰਾਂ ਸੁੱਟ ਕੇ ਤੇ ਨਾਬ ਅਗਲੇ ਜਹਾਂ ਦਾ ਹੋ ਗਿਆ ਸੋ ਇਦਾਂ ਨਾ ਫੇ ਬਹੁਤ ਸਾਰੀਆਂ ਗੱਲਾਂ ਤੇ ਚੁੰਦੀਆਂ ਸੀਗੀਆਂ ਕਿ ਯਾਰ that doesn't matter that doesn't matter ਜੋ ਕੁਝ ਵੀ ਸੀਗਾ ਯਕੀਨ ਕਰੋ ਅ ਅਲhamdulillah ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੰਨੇ ਮੈਨੂੰ ਸਾਲ ਲੱਗੇ ਨੇ ਇੰਨੇ ਸਾਲ ਲੱਗੇ ਨੇ ਲੇਕਿਨ ਮੈਂ ਗਿਵ ਅਪ ਨਹੀਂ ਕੀਤਾ आई फाइनली दी द फेडरल एग्जाम द रिजल्ट आया ना मैं अपने सारे सारे यार दोस्तन को ਦੱਸਣਾ ਸ਼ੁਰੂ ਕੀਤਾ ਇੱਕ ਦੋਸਤ ਨੂੰ ਸਾਰੇ ਸਾਰਿਆਂ ਨੂੰ ਮੁਬਾਰਕ باد ਦਿੱਤੀ ਕਿ ਜੀ ਬਹੁਤ ਵਧੀਆ ਬੜੀ ਖੁਸ਼ੀ ਦੀ ਗੱਲ ਹੈ ਯਾਰ ਤੂੰ ਇਹ ਵੋ ਇੱਕ ਨੇ ਨਾ ਕਿਹਾ ਕਿ ਯਾਰ ਮੈਨੂੰ ਬੜੀ ਖੁਸ਼ੀ ਹੋਈ ਔਰ ਕਹਿੰਦਾ ਮੈਨੂੰ ਖੁਸ਼ੀ ਤੇਰੇ ਪਾਸ ਕਰਨ ਤੋਂ ਜ਼ਿਆਦਾ ਇਸ ਚੀਜ਼ ਦੀ ਹੈ ਕਿ ਯੂ ਡਿਡਨਟ ਗਿਵ ਮਤਲਬ ਮੈਂ ਤੁਹਾਨੂੰ ਦੱਸਿਆ ਨਾ ਜਿਸ ਵਿੱਚ ਸਨਾਰੀਓ ਚ ਗੁਜ਼ਰੇ ਆ ਸਾਰੇ ਯਾਰ ਦੋਸਤ ਪਾਸ ਕਰ ਗਏ ਮੈਂ ਇਕੱਲਾ ਹੀ ਲੇਕਿਨ ਮੈਂ ਫੇਰ ਲਗਿਆ ਰਿਆਂ ਲਗਿਆ ਨਾ ਆਪਣੇ ਮੁਸਾਇਲ ਵੀ ਹੁੰਦੇ ਸੀ ਮਤਲਬ ਘਰ ਦੀਆਂ ਜ਼ਿੰਮੇਵਾਰੀਆਂ ਕੰਮ ਦੀਆਂ ਜ਼ਿੰਮੇਵਾਰੀਆਂ ਫਿਰ ਮੈਂ ਚੈਸਟਰ ਕੰਮ ਕਰਦਾ ਸੀਗਾ ਚੈਸਟਰ ਔਨ ਜਾਂਸ ਮੈਂ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਦੇ ਵਿੱਚ 60 ਮਾਈਲ ਦੀ ਕਮਿਊਟ ਸੀਗੀ ਤੇ ਮਤਲਬ ਆਈਡੀਅਲ ਟ੍ਰੈਫਿਕ ਹੋਵੇ ਨਾ ਆਈਡੀਅਲ ਟ੍ਰੈਫਿਕ ਮਤਲਬ ਇਹ ਹੈ ਕਿ ਟ੍ਰੈਫਿਕ ਜੈਮ ਨਾ ਮਿਲੇ ਤਾਂ ਘੰਟੇ ਡੇਢ ਦੀ ਕਮਿਊਟ ਸੀਗੀ ਇਹਦਾ ਮਤਲਬ ਆ ਕਿ 3 ਘੰਟੇ ਮੈਂ ਦਿਨ ਦੇ ਵਿੱਚ ਰਹਿੰਦਾ ਸੀਗਾ ਰੋਡ ਦੇ ਉ ਐਗਜ਼ਾਮ ਦੀ ਤਿਆਰੀ ਵਾਸਤੇ ਮੈਂ ਚੈਸਟਰ ਤੋਂ ਨਿਕਲਦਾ ਸੀਗਾ ਸਰਦੀਆਂ ਦੀਆਂ ਰਾਤਾਂ ਤੱਕ ਮੈਂ ਰੇਤਾ ਹਨੇਰਾ ਹੋ ਜਾਂਦਾ ਸੀਗਾ ਮੈਂ ਉੱਥੋਂ ਨਿਕਲਣਾ 7:00 ਵਜੇ 7:30 ਵਜੇ ਮੈਂ ਪਹੁੰਚਣਾ ਯੂਨੀਵਰਸਿਟੀ ਆਫ ਮੈਂਚੈਸਟਰ ਦੀ ਲਾਇਬ੍ਰੇਰੀ 'ਚ ਉੱਥੇ ਬਹਿ ਕੇ ਮੈਂ ਪੜ੍ਹਨਾ ਤਕਰੀਬਨ 11:30 ਤੋਂ ਪੌਣੇ 12 ਵਜੇ ਤੱਕ ਰਾਤ ਦੇ ਤੇ ਪੌਣੇ 12 ਵਜੇ ਲਾਇਬ੍ਰੇਰੀ ਬੰਦ ਹੁੰਦੀ ਹੈ ਤੇ ਇਹਦਾ ਅਨਾਉਂਸਮੈਂਟ ਸ਼ੁਰੂ ਹੋਣੀ ਹੈ ਨਾ ਕਿ ਜੀ ਲਾਇਬ੍ਰੇਰੀ ਬੰਦ ਹੋਣ ਚ ਇਹਨਾ ਟਾਈਮ ਰਹਿ ਗਿਆ ਅੱਧਾ ਘੰਟਾ 15 ਮਿੰਟ ਤੇ ਉਦੋਂ ਮੈਂ ਆਪਣਾ ਉੱਥੋਂ ਸਮਾਨ ਕਿਉਂਟ ਕੇ ਤੇ ਨਿਕਲਦਾ ਸੀਗਾ ਘਰ ਵਾਸਤੇ ਘਰ ਮੈਂ 12 ਸਵਾ 12 12:30 ਘਰ ਪਹੁੰਚਦਾ ਸੀ ਫਿਰ ਸਵੇਰੇ 6 ਵਜੇ ਉੱਠ ਕੇ ਫਿਰ ਚੈਸਟਰ ਦੀ ਤਿਆਰੀ ਖੁੰਦੀ ਸੀ ਮਤਲਬ ਇਹ ਸਾਰਾ ਕੁਝ ਕੀਤਾ ਤੇ ਅਲhamdulillah ਪਾਵੇਂ ਇਹ ਕੁਝ ਕਰਕੇ ਵੀ ਫੀਲ ਹੋਇਆ ਲੇਕਿਨ ਹੁਣ ਅਲਹਮਦੁਲਿਲਾ ਜਦੋਂ ਪਾਸ ਹੋ ਗਏ ਹਨਾ ਤੇ ਮੈਨੂੰ ਅੰਜ ਫੀਲ ਹੋ ਰਿਹਾ ਕਿ ਯਾਰ ਵਾਟੇਵਰ ਆਈ ਡਿਡ ਦੈਟ ਵਾਸ ਵਰਥ ਇਟ ਇਟ ਵਾਸ ਵਰਥ ਇਟ ਯੋਕੇ ਤੁਸੀਂ ਦੇਖਣਾ ਮੈਂ ਪਹਿਲੇ ਵੀ ਕਈ ਦਫਾ ਦੱਸ ਚੁੱਕਿਆ ਹਾਂ ਜਦੋਂ ਅਸੀਂ ਸਟ੍ਰਗਲ ਕਰ ਰਹੇ ਹੁੰਦੇ ਹੋਂ ਨਾ ਆਪਣੇ ਆਬਜੈਕਟਿਵ ਅਚੀਵ ਕਰਨ ਵਾਸਤੇ ਤੁਹਾਨੂੰ ਬੜਾ ਦੁੱਖ ਲੱਗਦਾ ਕਿ ਯਾਰ ਮੈਂ ਮਿਹਨਤ ਕਰ ਰਿਹਾ ਮਿਹਨਤ ਦਾ ਫਾਲੀ ਨਹੀਂ ਮਿਲ ਰਿਹਾ ਤੁਸੀਂ ਬਹੁਤ ਇਹੋ ਜਿਹਾ ਕੁਝ ਸੋਚਦੇ ਹੋ ਲੇਕਿਨ ਜਦੋਂ ਤੁਸੀਂ ਫਾਈਨਲੀ ਪਹੁੰਚ ਜਾਂਦੇ ਹੋ ਨਾ ਆਪਣੇ ਆਬਜੈਕਟਿਵ ਤੇ ਆਪਣੇ ਮਿਸ਼ਨ ਤੇ ਆਪਣੇ ਗੋਲ ਤੇ ਫੇ ਯੂ ਡੋਨਟ ਇਵਨ ਕਨਸੀਡਰ ਕਿ ਯਾਰ ਮੈਂ ਕੀ ਕੁਛ ਕੀਤਾ ਫੇ ਤੁਹਾਨੂੰ ਨਾ ਉਸ ਅਚੀਵਮੈਂਟ ਦੀ ਖੁਸ਼ੀ ਇੰਨੀ ਹੁੰਦੀ ਹੈ ਕਿ ਤੁਸੀਂ ਸਭ ਕੁਝ ਭੁੱਲ ਜਾਂਦੇ ਹੋ ਮੈਂ ਦੁਬਾਰਾ ਮੈਂ ਕਹਾਂਗਾ ਕਿ ਮੈਂ ਪਹਿਲੇ ਵੀ ਕਈ ਵਾਰ ਕਿਹਾ ਕਿ ਮੈਂ ਹਾਈਕਿੰਗ ਤੇ ਜਾਣਾ ਨਾ ਜਦੋਂ ਜਦੋਂ ਕੋਈ ਕਲਾਈਮ ਆਉਂਦੀ ਹੈ ਉਦੋਂ ਹੀ ਨਾ ਜਾਨ ਨਿਕਲ ਜਾਂਦੀ ਹੈ ਬੰਦੇ ਤੇ ਲੇਕਿਨ ਜੇ ਤੁਸੀਂ ਟਾਪ ਤੇ ਪਹੁੰਚਦੇ ਹੋ ਨਾ ਜਿੱਥੇ ਅਸੀਂ ਪਹੁੰਚਣਾ ਚਾਹ ਰਹੇ ਹੁੰਨੇ ਆ ਉੱਥੋਂ ਵਿੱਚ ਮੁੜ ਕੇ ਜਦੋਂ ਪਿੱਛੇ ਨੂੰ ਦੇਖਦੇ ਨੇ ਤੇ ਯਕੀਨ ਕਰੋ ਜਿਆ ਨਜ਼ਾਰਾ ਹੁੰਦਾ ਨਾ ਬ੍ਰੈਥ ਟੇਕਿੰਗ ਹੁੰਦਾ ਹੈ ਸੋ ਇਸ ਲਈ ਮੈਂ ਕਹਾਂਗਾ ਕਿ ਯਾਰ ਮੈਨੂੰ ਲੱਗਿਆ ਕੋ ਅਗਰ ਮੈਂ ਕਹਨਾ ਕਿ ਇਫ ਆਈ ਕੈਨ ਡੂ ਇਟ ਦੈਨ एवरीवन बॉडी ਕੈਨ ਡੂ ਇਟ ਅਸੀਂ ਤੁਸੀਂ ਜਿਹੜਾ ਕੰਮ ਸ਼ੁਰੂ ਕੀਤਾ ਨਾ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ ਤੁਹਾਡਾ ਆਬਜੈਕਟਿਵ ਮਿਸ਼ਨ ਖਾਪ ਜੋ ਵੀ ਹੈ ਡਟੇ ਰਹੋ ਲੱਗੇ ਰਹੋ ਛੱਡੋ ਨਾ ਬਾਰਹਾ ਮੇਰੇ ਜ਼ਿਹਨ ਚ ਵੀ ਆਇਆ ਕਿ ਯਾਰ ਦਫਾ ਕਰਾਂ ਸ਼ਾਇਦ ਆਮ ਨਟਮੈਂਟ ਫਾਰ ਇਟ ਇਹ ਡਿਗਰੀ ਜਿਹੜੀ ਆ ਮੇਰੇ ਨਸੀਬਾ ਚ ਲਿਖੀ ਨਹੀਂ ਹੋਈ ਹੈਗੀ ਅਗਰ ਨਹੀਂ ਲਿਖੀ ਹੈਗੀ ਜਸਟ ਫੋਰਗੇਟ ਇਟ ਯੂ ਨਾ ਲੁੱਕ ਫਾਰ ਸਮਥਿੰਗ ਐਲਸ ਲੇਕਿਨ ਫੇਰ ਮੇਰੇ ਜ਼ਿਹਨ ਚ ਆਉਂਦਾ ਸੀਗਾ ਕਿ ਯਾਰ ਮੈਂ ਪਾਕਿਸਤਾਨ ਨਹੀਂ ਨਾ ਮਤਲਬ ਇਦਾਂ ਦੀ ਇੱਕ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਸ਼ੁਰੂ ਕੀਤੀ ਸੀ ਉਹਨੂੰ ਕਹਿੰਦੇ ਆ ACMA Institute of Cost and Management Accountants of Pakistan ਉਹਦੀ ਮੈਂ ਫਾਈਨਲ ਸਟੇਜ ਤੇ ਪਹੁੰਚਿਆ ਸੀਗਾ ਲਾਈਕ ਉਹਦੇ 6 ਸਮੈਸਟਰ ਹੁੰਦੇ ਆ 5 ਸਮੈਸਟਰ ਪਾਸ ਕਰ ਲੈ ਸੀ ਤੇ ਜਿਹੜਾ ਫਾਈਨਲ ਆ 6th ਵਨ ਮੈਂ ਉਹ ਨਹੀਂ ਸੀ ਪਾਸ ਕੀਤਾ ਅਜ ਤੱਕ ਨਹੀਂ ਪਾਸ ਕੀਤਾ ਤੇ ਮੈਂ ਜਦੋਂ ਮੇਰੇ ਜ਼ਿਹਨ ਚ ਇਹ ਸੋਚ ਆਉਂਦੀ ਸੀ ਨਾ ਕਿ ਮੈਂ ਛੱਡ ਦਵਾਂ ਫਿਰ ਮੈਂ ਕਹਿੰਦਾ ਸੀ ਯਾਰ ACMA ਵੀ ਛੱਡ ਕੇ ਆਇਆ ਹਾਂ ਆਦ ਵਿਚਕਾਰ ਇਹ ਵੀ ਯਾਦ ਵਿਚਕਾਰ ਛੱਡ ਦਵਾ ਮਤਲਬ ਉਹ ਵੀ ਟੌਪ ਤੇ ਪਹੁੰਚ ਕੇ ਮੈਂ ਛੱਡਦਾ ਸੀਗਾ ਹੁਣ ਇਹ ਵੀ ਟੌਪ ਤੇ ਪਹੁੰਚ ਕੇ ਛੱਡ ਦਵਾ ਮਤਲਬ ਨਾ ਮੈਨੂੰ ਬੜਾ ਪੇਨ ਹੁੰਦਾ ਸੀ ਬੜਾ ਦਰਦ ਹੁੰਦਾ ਸੀ ਇਹ ਸੋਚ ਕੇ ਸੋ ਬਰਹਾਲ ਲੌਂਗ ਸਟੋਰੀ ਸ਼ਾਰਟ ਹੁਣ ਜੀਨਬ ਅਲhamdulillah ਅਲhamdulillah ਬੜਾ ਮੈਂ ਰਿਲੀਵਡ ਫੀਲ ਕਰ ਰਿਹਾ ਹਾਂ ਹੁਣ ਬਸ ਅਗਲਾ ਪ੍ਰੋਸੈਸ ਆ ਇੱਕ ਮੈਂਬਰਸ਼ਿਪ ਉਦੀ ਅਪਲਾਈ ਕਰਨੀ ਹੁੰਦੀ ਆ ਉਹ ਕਰਨੀ ਆ ਦੈਨ ਆਲ ਬੀ ACCA ਮੈਂਬਰ ਬਹੁਤ ਸ਼ੁਕਰੀਆ ਵੀਡੀਓ ਦੇਖਣ ਵਾਸਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਲੈਤਾ ਦੈਨ ਪਲੀਜ਼ ਡੂ ਸਬਸਕ੍ਰਾਈਬ ਟੂ ਮਾਈ ਚੈਨਲ ਆਪਣਾ ਬਹੁਤ ਰਖਾ ਖਿਆਲ ਰੱਖਿਓ ਤੁਹਾਡੇ ਨਾਲ ਮੁਲਾਕਾਤ ਹੋਗੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਾ ਹਫਿਜ਼